ਨਮਸਕਾਰ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਮੈਰਜਨੀ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੇ 111ਵੇਂ અવਤਾਰ ਮਹੋਤਸਵ ਦੌਰਾਨ ਪੀੜਾ ਧਾਰਮਿਕ ਸਮਾਗਮਾਂ 'ਚ ਲਿਆ ਹਿੱਸਾ ਨਵੀਂ ਦਿੱਲੀ ਦੇ ਕਰੀਪਾ ਮੈਦਾਨ ਵਿੱਚ ਹੋਣ ਵਾਲੀ ਐਨਸੀਸੀ ਦੀ ਸਾਲਾਨਾ ਰੈਲੀ ਨੂੰ ਪ੍ਰਧਾਨ ਮੰਤਰੀ ਅੱਜ ਸ਼ਾਮ ਕਰਨਗੇ ਸੰਬੋਧਨ महान स्वतंत्रता संग्रामी पंजाब केศรี लाला लाजपत राय डीजे अंतिम मौके राष्ट्र दी रिहाईय श्रद्धांजलि विज्ञान और टेक्नोलॉजी मंत्री जितेंद्र सिंह ने कहा कि भारत ने सिर्फ 2 साला विच 4 स्वदेशी टीके किते विकसित ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਕੀ ਬਾਦ ਪ੍ਰੋਗਰਾਮ ਦੇ 100ਵੇਂ ਐਪੀਸੋਡ ਨੂੰ ਦਰਸਾਉਂਦਾ ਲੋਗੋ ਡਿਜ਼ਾਈਨ ਕਰਨ ਲਈ ਮੰਗੀਆਂ ਅਰਜ਼ੀਆਂ ਮਰਦਾਂ ਦੇ ਵਿਸ਼ਵ ਕੱਪ ਫਾਕੀਚ ਭਾਰਤ ਅੱਜ 9ਵੇਂ ਤੋਂ 12ਵੇਂ ਸਥਾਨ ਤੇ ਮੁਕਾਬਲੇ ਲਈ ਦੱਖਣ ਅਫਰੀਕਾ ਦੇ ਖਿਲਾਫ ਮੈਦਾਨ ਚੁਟਰੇਗਾ ਹੁਣ ਖਬਰਾਂ ਵਿਸਥਾਰ ਨਾਲ प्रधानमंत्री नरेंद्र मोदी ने अपने राजस्थान दौरे दौरान मालासेरी डुंगरी, मंदिर में मनुखता की भलाई लिय धार्मिक रीति रिवाज़ों अनुसार प्रार्थना की थी भगवान श्री देव नारायण जी दे एक हजार अवतरण महोत्सव च हिस्सा लैन लिय प्रधानमंत्री पीलवाड़ा च ने साथियों ये भगवान देव नारायण का एक हजार एक सौ ग्यारहवा अवतरण दिवस है सप्ताह भर से यहाँ इससे जुड़े समारोह चल रहे हैं जितना बड़ा ये अवसर है उतनी ही भव्यता उतनी दिव्यता उतनी ही बड़ी भागीदारी ਗੁਰਜਰ ਸਮਾਜ ਨੇ ਸੁਨਿਸ਼ਚਿਤ ਕੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ ਨਵੀਂ ਦਿੱਲੀ ਦੇ ਕਰੀਆਪਾ ਫਲੇਡ ਮੈਦਾਨ ਵਿੱਚ ਐਨਸੀਸੀ ਦੀ ਸਲਾਣਾ ਬੀ ਐਮ ਰੈਲੀ ਨੂੰ ਸੰਬੋਧਨ ਕਰਨਗੇ ਇਸ ਸਾਲ ਐਨਸੀਸੀ ਆਪਣੀ ਸਥਾਪਨਾ ਦਾ 75ਵਾਂ ਵਰ੍ਹਾ ਮਨਾ ਰਹੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਐਨਸੀਸੀ ਦੇ 75 ਸਫਲ ਵਰਿਆਂ ਦੇ ਸੰਬੰਧ ਵਿੱਚ ਇੱਕ ਸਪੈਸ਼ਲ ਡੀ ਕਵਰ ਅਤੇ 75 ਰੁਪਏ ਮੁੱਲ ਦਾ ਵਿਸ਼ੇਸ਼ ਰੂਪ ਨਾਲ ਢਾਲਿਆ ਹੋਇਆ ਯਾਦਗਾਰੀ ਸਿੱਕਾ ਜਾਰੀ ਕਰਨਗੇ ਹਾਈਬ੍ਰਿਡ ਇਵੈਂਟ ਦੇ ਤੌਰ ਤੇ ਕਰਵਾਏ ਜਾਣ ਵਾਲੇ ਇਸ ਮਾਗਮ ਦੌਰਾਨ ਇੱਕ ਪਾਰਾਸ਼੍ਰੇਸ਼ਟ ਪਾਰਾ ਦੇ ਥੀਮ ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਵਾਸੂਦੇਵ ਕਟੂਮਕੰਦ ਦੀ ਪਾਪਨਾ ਨੂੰ ਧਿਆਨ ਚ ਰੱਖਦਿਆ 19 ਦੇਸ਼ਾਂ ਦੇ 196 ਅਧਿਕਾਰੀਆਂ ਤੇ ਕੈਂਡੀਟਾ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਹੈ। ਮਹਾਨ ਸੁਤੰਤਰਤਾ ਸੰਗਰਾਮੀ ਤੇ ਸਵਦੇਸ਼ੀ ਲਹਿਰ ਦੇ ਪ੍ਰਮੁੱਖ ਆਗੂ ਪੰਜਾਬ ਕੇਸਰੀ ਲਾਲਾ ਲਾਜਪਤਰਾਏ ਦੀ ਅੱਜ ਜਨਮ ਦਿਤੀ ਹੈ। ਲਾਲਾ ਜੀ ਨੇ ਅਹਿੰਸਾਵਾਦੀ ਸਿਆਸਤ ਦੇ ਨਾਲ ਨਾਲ ਸਮਾਜਿਕ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਈ। ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਲਾਲਾ ਲਾਜਪਤਰਾਈ ਦੀ ਜਨਮ ਦਿਨ ਮੌਕੇ ਇੱਕ ਟਵੀਟ ਸੁਨੇਹੇ ਚ ਕਿਹਾ ਕਿ ਭਾਰਤੀ ਆਜ਼ਾਦੀ ਦੀ ਲੜਾਈ ਵਿੱਚ ਲਾਲਾ ਲਾਜਪਤਰਾਈ ਜੀ ਇੱਕ ਅਜੇਹਾ ਨਾਇ ਜਿਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਲੱਖਾਂ ਨੌਜਵਾਨਾਂ ਵਿੱਚ ਦੇਸ਼ ਪ੍ਰੇਮ ਦੀ ਅਲਕ ਜਗਾਈ ਪੰਜਾਬ ਕੇਸਰੀ ਲਾਲਾ ਜੀ ਦੀ ਜਨਮ ਦਿਨ ਤੇ ਉਹਨਾਂ ਨੂੰ ਕੋਟ ਕੋਟ ਨਮਨ ਦੇਸ਼ ਭਗਤੀ ਸਰਪਰਨ ਅਤੇ ਬਲੀਦਾਨ ਦੀ ਮੂਰਤ ਲਾਲਾ ਜੀ ਨੇ ਆਜ਼ਾਦੀ ਲਈ ਆਖਰੀ ਸਾਹ ਤੱਕ ਸੰਘਰਸ਼ ਕੀਤਾ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਸਿਰਫ 2 ਸਾਲਾਂ ਵਿੱਚ 4 ਸਰਵਦੇਸ਼ੀ ਟੀਕੇ ਵਿਕਸਿਤ ਕੀਤੇ ਨੇ ਉਨ੍ਹਾਂ ਕਿਹਾ ਕਿ ਬਾਇਓ ਟੈਕਨੋਲੋਜੀ ਵਿਭਾਗ ਡੀਬੀਟੀ ਨੇ ਮਿਸ਼ਨ ਕੋਵਿਡ ਸੁਰੱਖਿਆ ਰਾਹੀਂ 4 ਟੀਕੇ ਵੰਡੇ ਨੇ ਕੋਵੈਕਸਿਨ ਦੇ ਨਿਰਮਾਣ 'ਚ ਵਾਅਦਾ ਕੀਤਾ ਅਤੇ ਭਵਿੱਖ ਦੇ ਟੀਕਿਆਂ ਦੇ ਸੁਚਾਰੂ ਵਿਕਾਸ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਏ ਟੀਕੇ ਜ਼ਾਈਕੋਵ ਡੀ ਕੋਰਬਵੈਕਸ जीम कोव ਅਤੇ ਇਨ ਕੋਵਿਕ ਨੇ ਨਵੀਂ ਦਿੱਲੀ ਵਿੱਚ ਸਥਾਪਤ ਡੀਬੀਟੀ ਰਾਜੇਸ਼ ਗੋਖਲੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਇੰਟਰ ਜ਼ੋਨਲ ਕੋਵਿਡ ਵੈਕਸਿਨ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਵਕਵਾ ਕੋਵਿਡ-19 ਵੈਕਸਿਨ ਤਿਆਰ ਕਰਨ ਲਈ ਮਾਹਰ ਵਿਗਿਆਨੀ ਤਕਨੀਕੀ ਨਰੀਖਣ ਅਤੇ ਨਿਗਰਾਨੀ ਲਈ مالی ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਤੇ ਹੋਰ ਇੰਟਰਨੈਟ ਅਧਾਰਤ ਪਲੇਟਫਾਰਮਾਂ ਖਿਲਾਫ ਬੁਕ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਸੁਨਣ ਤੇ ਉਹਨਾਂ ਦਾ ਨਿਪਟਾਰਾ ਕਰਨ ਲਈ ਤਿੰਨ ਸ਼ਿਕਾਇਤ ਅਪੀਲ ਕਮੇਟੀਆਂ ਕਾਇਮ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਮੁਤਾਬਿਕ ਤਿੰਨੋ ਸ਼ਿਕਾਇਤ ਅਪੀਲ ਕਮੇਟੀਆਂ ਦਾ ਇੱਕ ਇੱਕ ਚੇਅਰਪਰਸਨ ਤੇ ਦੋ ਪੂਰੇ ਸਮੇਂ ਲਈ ਮੈਂਬਰ ਹੋਣਗੇ ਜੋ ਕਿ ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਇੰਡਸਟਰੀ ਤੋਂ ਸੀਨੀਅਰ ਕਾਰਜਕਾਰੀ ਵਜੋਂ ਸੇਵਾਮੁਕਤ ਹੋਣਗੇ ਇਹਨਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ ਪੰਜਾਬ பாஜக ਦੇ ਪ੍ਰਧਾਨ ਅਸ਼ਮੇਸ਼ ਸ਼ਰਮਾ ਨੇ ਕਿਹਾ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਬੇਅਦਬ ਕਾਰਨ ਦੀ ਜਾਂਚ ਕਮੇਟੀ ਤੋਂ ਅਸਤੀਫਾ ਦੇ ਨਾਲ ਪੰਜਾਬ ਵਿਰੋਧੀ ਤੇ ਪੰਜਾਬ ਵਿਰੋਧੀ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ ਅਸ਼ਮੇਸ਼ ਸ਼ਰਮਾ ਨੇ ਕਿਹਾ ਕਿ ਇਹ ਸੂਬੇ ਦੇ ਇਤਿਹਾਸ ਵਿੱਚ ਬਹੁਤ ਹੀ ਦੁਖਦਾਈ ਹੈ ਕਿਉਂ ਜੋ ਆਮ ਆਦਮੀ ਪਾਰਟੀ ਬੇਅਦਬੀ ਦੇ ਜਜ਼ਬਾਤੀ ਤੌਰ ਤੇ ਸੰਵੇਦਨਸ਼ੀਲ ਮੁੱਦੇ ਦੇ ਆਧਾਰ ਤੇ ਜਨਤਾ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਤਾ ਵਿੱਚ ਆਈ ਹੈ ਅਸ਼wini ਸ਼ਰਮਾ ਨੇ ਕਿਹਾ ਕਿ ਸੂਬੇ ਦਾ ਹਰ ਪੰਜਾਬੀ ਚਾਹੁੰਦਾ ਹੈ ਕਿ ਇਸ ਕਿਨੌਨ ਨੇ ਬਿਆਦਵੀ ਦੇ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦਿੱਤੀ ਜਾਵੇ ਪੀਕ ਮੰਗਦੇ ਬੱਚਿਆਂ ਨੂੰ ਪਿਖਿਆ ਦੇ ਰਾਹ ਤੋਂ ਸਿੱਖਿਆ ਦੇ ਰਾਹ ਤੇ ਲਜਾਣ ਦੇ ਪਟਿਆਲਾ ਮਾਡਲ ਨੂੰ ਪੂਰੇ ਪੰਜਾਬ ਚ ਲਾਗੂ ਕੀਤਾ ਜਾਵੇਗਾ ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਹੱਥ ਕਲਮ ਤੇ ਪਲੇ ਵੇ ਸਕੂਲ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਸਕੂਲ ਔਨ 휠 ਦੇ ਚ ਪਰਦੇ ਬੱਚਿਆਂ ਨਾਲ ਮੁਲਾਕਾਤ ਕਰਨ ਮੌਕੇ ਕੀਤਾ ਕੈਬਨਿਟ ਮੰਤਰੀ ਇਸ ਦੌਰਾਨ ਮਾਤਾ ਖੀਵੀ ਵਰਦ ਕਰ ਵੀ ਗਏ ਜਿੱਥੇ ਉਹਨਾਂ ਨੇ ਇੱਥੇ ਰਹਿ ਰਹੇ 28 ਦੇ ਕਰੀਬ ਬਜ਼ੁਰਗ ਮਰਦਾਂ ਤੇ ਔਰਤਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਦੁੱਖ ਸੁੱਖ ਜਾਣਿਆ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਪੰਜਾਬ ਸਰਕਾਰ ਉਹਨਾਂ ਦੇ ਸਦਾ ਨਾਲ ਖੜੇਗੀ ਇਸ ਤੋਂ ਪਹਿਲਾਂ ਸਰਕਟ ਹਾਊਸ ਵਿਖੇ ਕੌਮੀ ਤੀਵਜ ਦੇ ਸੰਬੰਧ ਵਿੱਚ ਪਟਿਆਲਾ ਦੀ ਅੰਖੇਡਾਂਜ ਕੁਮੰਦਰੀ ਪੱਦਰ ਤੇ ਨਾਮਣਾ ਖੱਟਣ ਵਾਲੀਆਂ 3 ਆਰਚਰੀ ਦੀ ਕੋ ਮੰਤਰੀ ਖੇਡਾਰਨ ਹਰ ਮਿਲਨ ਕੌਰ ਤੇ ਹਾਕੀ ਦੀ ਕੋ ਮੰਤਰੀ ਖੇਡਾਰਨ ਪਰਨੀ ਕੋਰਸਮਿਤ ਸਵੈ ਸਹਾਇਤਾ ਗਰੁੱਪ ਪਟਿਆਲਾ ਕਿੰਗ ਚਲਾ ਰਹੀ ਹਰਪ੍ਰੀਤ ਨੂੰ ਪੰਜਾਬ ਪੁਲਿਸ ਦੀ ਟੋਕਰੀ ਵੱਲੋਂ ਸਲਾਮੀ ਦੇ ਮੌਕੇ ਡਾਕਟਰ ਬਲਜੀਤ ਕੋਨੇ ਨੇ ਕਿਹਾ ਕਿ ਇਹ ਬੱਚੀਆਂ ਪਟਿਆਲਾ ਹੀ ਨਹੀਂ ਬਲਕਿ ਪੰਜਾਬ ਦਾ ਮਾਣ ਨੇ ਇਸ ਲਈ ਪੰਜਾਬ ਸਰਕਾਰ ਇਹਨਾਂ ਦੀ ਪਿੱਠ ਤੇ ਖੜੀ ਹੈ ਪੰਜਾਬ ਪੁਲਿਸ ਦੀ ਐਨਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਖ ਸੰਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ 30 ਬੋਰ ਦੀ ਚੀਨ ਵਿੱਚ ਬਣੀ ਪਿਸਤੌਲਸ ਮੇਂ 6 ਕਾਰਤੂਸ ਬਰਾਮਦ ਕੀਤੇ ਨੇ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮਲਜ਼ਮ ਦੀ ਪਛਾਣ ਰਾਜਪੀਰ ਸਿੰਘ ਉਰਫ ਰਵੀ ਪਿੰਡ ਰਾਜਗੜ ਜ਼ਿਲ੍ਹਾ ਖੰਨਾਵਜੋ ਹੋਈ ਹੈ ਇਹ ਦੋਸ਼ੀ ਪਿਛਲੇ 13-14 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਤੇ ਕੈਨੇਡਾ ਆਧਾਰਤ ਤਤਵਾਦੀ ਗੋਲਡੀ ਬਰਾੜ ਦੇ ਸੰਪਰਕ ਚ ਸੀ ਅਤੇ ਉਹਨਾਂ ਦੇ ਇਸ਼ਾਰੇ ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਂਦਾ ਰਿਹਾ ਸੀ ਉਸ ਦਾ ਅਪਰਾਧਿਕ ਪਿੱਛੋਕੜ ਹੈ ਅਤੇ ਉਸ ਵਿਰੁੱਧ ਕਤਲ ਇਰਾਦਾ ਕਤਲ ਅਤੇ ਅਸਲਾ ਐਕਟ ਆਦ ਨਾਲ ਸੰਬੰਧਿਤ ਕੇਸ दर्ज ਨੇ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਲਜ਼ਮ ਰਵੀ ਰਾਜਗੁਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਛੁਪਣਗਾਹਾਂ ਲ logistic ਸਹਾਇਤਾ ਹਥਿਆਰ ਅਤੇ ਵਾਹਨ ਮੁਹੱਈਆ ਕਰਵਾ ਰਹੇ ਸੀ ਉਹਨਾਂ ਨੇ ਕਿਹਾ ਹੈ ਕਿ ਮਲਜ਼ਮਾਨੀ ਲਾਰੈਂਸ ਬਿਸ਼ਨੋਈ ਗੈਂਗ ਦੇ ਸਾਥੀਆਂ ਨੂੰ ਵਿਦੇਸ਼ ਭੱਜਣ ਲਈ ਚਾਲੀ ਵੇਰਵਿਆਂ ਨਾਲ ਪਾਸਪੋਰਟ ਹਾਸਲ ਕਰਨ ਵਿੱਚ ਵੀ ਮਦਦ ਕੀਤੀ ਸੀ ਸਰਕਾਰ ਨੇ ਅਗਲੇ ਮਹੀਨੇ ਦੀ ਪਹਿਲੀ ਤਾਰੀਖ ਤੋਂ 25 ਲੱਖ ਮੀਟਰਕ ਟਨ ਕਣਕ ਖੁੱਲੀ ਮੰਡੀ ਵਿੱਚ ਵਿਕਰੀ ਸਕੀਮ ਤਹਿਤ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ ਖਰੀਦਦਾਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਈ ਨਿਲਾਮੀ ਸੇਵਾ ਮੁਹैया ਕਰਵਾਉਣ ਵਾਲੇ ਪੋਰਟਲ ਤੇ ਆਪਣੇ ਆਪ ਨੂੰ ਸੂਚੀਬੱਧ ਕਰ ਸਕਦੇ ਨੇ ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵਣ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵੱਧਦੀਆਂ ਕੀਮਤਾਂ ਤੇ ਤੁਰੰਤ ਕਾਬੂ ਪਾਉਣ ਲਈ ਸਾਰੇ ਰਾਜਾਂ ਵਿੱਚ ਮੌਜੂਦ ਕਣਕ ਦੇ ਪੰਡਾਰਿਆਂ ਤੋਂ ਕਣਕ ਦੀ ਵਿਕਰੀ ਕੀਤੀ ਜਾਵੇ ਦੇਸ਼ ਵਿੱਚ ਕਣਕ ਅਤੇ ਆٹے ਦੀਆਂ ਵੱਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਇਹ ਫੈਸਲਾ ਕੀਤਾ ਗਿਆ ਹੈ ਦੀ ਪਾਤੀ ਕੁराक ਨਿਗਮ ਓਪਨ ਮਾਰਕੀਟ ਸੇਲ ਸਕੀਮ ਤਹਿਤ 30 ਲੱਖ ਮੀਟਰਕ ਟਨ ਕਣਕ ਮੰਡੀ ਵਿੱਚ ਉਪਲਬਧ ਕਰਵਾਏਗਾ ਜੰਮੂ ਕਸ਼ਮੀਰ ਵਿੱਚ ਇੱਕ ਨਿੱਜੀ ਦੂਰ ਸੰਚਾਰ ਕੰਪਨੀ ਵੱਲੋਂ ਕੱਲ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੱਤ ਸ਼ਹਿਰਾਂ ਵਿੱਚ 5G ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਂਬਾ ਕਠੂਆ ਉਦਮਪੁਰ ਅਖਨੂਰ ਕਪਵਾੜਾ ਲਖਨਪੁਰ ਅਤੇ ਖੋਰ ਵਿੱਚ 5G ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ 5G ਸਮਰੱਥ ਵਾਲੇ ਡਿਵਾਈਸਾਂ ਦੇ ਗ੍ਰਾਹਕ ਬਿਨਾਂ ਕਿਸੇ ਵਾਧੂ ਕੀਮਤ ਦੇ ਰੋਲ ਆਊਟ ਹੋਣ ਤੱਕ ਹਾਈ ਸਪੀਡ Airtel 5G+ ਨੈਟਵਰਕ ਦਾ ਆਨੰਦ ਲੈ ਸਕਣਗੇ ਆਲ ਇੰਡੀਆ ਰੇਡੀਓ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 100ਵੇਂ ਐਪੀਸੋਡ ਨੂੰ ਦਰਸਾਉਂਦਾ ਲੋਗੋ ਡਿਜ਼ਾਈਨ ਕਰਨ ਲਈ ਅਰਜ਼ੀਆਂ ਮੰਗੀਆਂ ਨੇ ਇਛੂ ਕਿ ਸਾਲ 1 ਫਰਵਰੀ ਤੱਕ ਆਪਣੀਆਂ ਐਂਟਰੀਆਂ ਜਮ੍ਹਾਂ ਕਰਵਾ ਸਕਦੇ ਨੇ ਲੋਗੋ ਨੂੰ ਇੱਕ ਸਿੰਗਲ ਡਿਜੀਟਲ ਪਲੇਟਫਾਰਮ ਤੇ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ ਕਿ ਕਈ ਪਲੇਟਫਾਰਮਾਂ ਤੇ ਵੱਖ-ਵੱਖ ਰੂਪਾਂ ਵਿੱਚ ਵਰਤੋਂ ਯੋਗ ਹੋਣਾ ਚਾਹੀਦਾ ਹੈ ਜੇਤੂਨ ਵਿਕਲਾ ਰੁਪਏ ਦਾ ਨਗਦ ਇਨਾਮ ਵੀ ਮਿਲੇਗਾ ਇਸ ਸੰਬੰਧੀ ਹੋਰ ਸਾਰੇ ਵੇਰਵੇ ਮਾਈ ਗੋਵਿੰ ਪੋਰਟਲ ਤੇ ਉਪਲਬਧ ਨੇ FIH ਮਰਦਾਂ ਦੇ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਰਮਨੀ ਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਆਸਟ੍ਰੇਲੀਆ ਨੂੰ 4-3 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ ਹੈ ਇੱਕ ਹੋਰ ਸੈਮੀਫਾਈਨਲ ਵਿੱਚ ਮੈਚ 'ਚ ਬੈਲਜੀਅਮ ਨੇ ਨੀਦਰਲੈਂਡ ਨੂੰ 3-2 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਫਾਈਨਲ ਮੈਚ ਪਲਕੇ ਖੇਡਿਆ ਜਾਵੇਗਾ ਭਾਰਤ 3 ਨੋਟੋ 12 ਵਰਗੀਕਰਨ ਪਲੇਆਫ ਵਿੱਚ ਅੱਜ ਦੱਖਣ ਅਫਰੀਕਾ ਦੇ ਖਿਲਾਫ ਸ਼ਾਮ 7 ਵਜੇ ਮੁਕਾਬਲੇ ਲਈ ਮੈਦਾਨ ਚੁਟਰੇਗੀ ਜੇ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਉਸ ਮੁੱਚੀ ਦਰਜਾਬੰਦੀ ਵਿੱਚ 9ਵੇਂ ਜਾਂ 10ਵੇਂ ਸਥਾਨ ਤੇ ਆ ਜਾਵੇਗਾ ਪਰ ਜੇ ਭਾਰਤੀ ਟੀਮ ਹਾਰਦੀ ਹੈ ਤਾਂ ਉਹ 11ਵੇਂ ਜਾਂ 12ਵੇਂ ਸਥਾਨ ਤੇ ਆ ਜਾਵੇਗਾ 1986 ਦਾ ਕੀ ਵਿਸ਼ਵ ਕੱਪ ਟੀਮ ਇੰਡੀਆ ਲਈ ਹੁਣ ਤੱਕ ਦਾ ਸਭ ਤੋਂ ਖਰਾਬ ਸੀਜ਼ਨ ਰਿਹਾ ਏ ਜਿਸ ਵਿੱਚ ਭਾਰਤ ਨੂੰ ਸਭ ਤੋਂ ਆਖਰੀ 12ਵਾਂ ਸਥਾਨ ਮਿਲਿਆ ਸੀ ਇਸ ਵਾਰ ਦੇ ਹਾਕੀ ਵਿਸ਼ਵ ਕੱਪ ਮੁਕਾਬਲੇ ਵਿੱਚ 16 ਟੀਮਾਂ ਖੇਡ ਰਹੀਆਂ ਨੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂਆਂ ਨੂੰ ਡਿਡਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦਿਨ ਆਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਦਿਵਾ ਗਿਆ ਨਮਸਕਾਰ